दाणा मंडी दे विच उदों हड़कंप मच गया जदों एक बोरियां दी तांग खिसक गई ते इस बोरियां दे हेठा एक बजुर्ग दब गया जिसनों कड़ी मशक्कत दे नाल बाहर कढ़िया गया ते फिर हस्पताल दे विच भर्ती करवाया गया। दस्सिया जा रहा है कि सुल्तानपुर लोधी दी दाणा मंडी है जिस विच बोरियां दा ढेर लग्या होया सी ते इसे विचाले एक बजुर्ग जिसकी उम्र 65 साल दसी जा रही है वह भी इस मंडी च मौजूद सी बोरियां दे नेड़े बैठा सी ते अचानक बोरियां दा ढेर इस बुजुर्ग दे उत्ते आ डिग्गिया जिस करके इह बोरियां दे हेठा दब गया ते गंभीर रूप नाल जख्मी हो गया। मंडी दे विच चीक चहाड़ा मच गया ते बड़ी मुश्किल दे नाल होर लोकां दे वल्लों इस बुजुर्ग नूं बोरियां हेठों बाहर कढ़ के हस्पताल दे विच भर्ती करवाया गया जिथे डॉक्टरां दे वल्लों उस दा इलाज किया गया। इत्थे इल्जाम लगाए जा रहे ने कि प्रशासन दे वल्लों समय सिर झोने दी खरीद नहीं की जा रही जिस करके मंडियां दे विच बोरियां दे अंबार लगे हुए ने ते इसे लिए हादसा वापर गया। इत्थे भी कहा जा रहा है कि किसान खुद ही अपनी फसल की राखी कर रहे ने ते इसे विचाले ही उन्हां दे नाल अजिही अनहोनी हो जाती है। मंडियां दे विच प्रबंधां नूं लैके भी उन्हां ने साफ कहा है कि प्रशासन दे वल्लों पुख्ता प्रबंध नहीं किए गए ने ते हुण जो किसानां दी खज्जल खुआरी मंडियां दे विच हो रही है उस दे लई सीधे तौर ते प्रशासन ही जिम्मेवार है। ਇਹ ਘਟਨਾ ਪੁਰ ਤੇ ਅਸੀਂ ਬੈਠੇ ਹਾਂ, ਮੈਂ ਤੇ ਪਿੰਡ ਨੂੰ ਘਰ ਨੂੰ ਚੱਲਿਆ ਆਉਣ ਲੱਗਾ ਵਾ। ਅੜ ਵੀ ਆਉਂਦਾ ਮੈਂ ਜੋ ਕੋਈ ਨਹੀਂ ਅੱਕਾ ਚਲੇ ਜਾਂਦਾ ਚਾਹ ਬੰਗਾਲੀ ਚਾਹ, ਉੱਥੇ ਮੰਜੀ ਬੈਠੇ ਉੱਤੇ ਧਾਂਕਾਂ ਮਗਰ ਲੱਗੀਆਂ ਨੇ ਬੋਰੀ ਦੀਆਂ। ਸਰਕਾਰ ਨੇ ਬੇੜਾ ਗਰਕ ਕੀਤਾ, ਸਰਕਾਰ ਨੇ ਬੇੜਾ ਗਰਕ ਕੀਤਾ। ਮੈਂ ਤੇ ਸਰਕਾਰ ਨੂੰ ਰੋਣਾ ਵਾ, ਸਰਕਾਰ ਨੂੰ ਰੋਣਾ। ਇਹੋ ਜਿਹੀ ਸਰਕਾਰ ਕਿਤੇ ਮੁੜ ਕੇ ਨਾ ਕਿਤੇ ਇਹੋ ਜਿਹੀ ਆ ਜੇ ਕਿਤੇ ਸਰਕਾਰ। ਉਹ ਇੰਨੀਆਂ ਉੱਚੀਆਂ ਉੱਚੀਆਂ ਢਾਂਕਾਂ ਲੱਗੀਆਂ, ਉਹ ਸਰਕਾਰੇ ਤੇਰਾ ਬੇੜਾ ਗਰਕ, ਤੇਰਾ ਬੇੜਾ ਗਰਕ ਸਰਕਾਰੇ, ਤੂੰ ਕਿਤੇ ਕਿੱਥੇ ਤੇਰਾ ਭੜਾ ਹੋਏਗਾ ਸਰਕਾਰੇ। ਉੱਤੋਂ ਬੋਰੀਆਂ ਡਿੱਗੀਆਂ ਸਾਡੇ ਉੱਤੇ, ਅਸੀਂ ਨਾਲ ਬੈਠੇ ਹਾਂ, ਮੇਰੀ ਲੱਤ ਟੁੱਟ ਗਈ, ਦੂਜਿਆਂ ਦੇ ਵੀ ਸੱਟਾਂ ਲੱਗੀਆਂ ਨੇ। ਸਰਕਾਰ ਦਾ ਬੇੜਾ ਗਰਕ ਹੈ ਸਰਕਾਰ ਦਾ। ਕਿੰਨੇ ਜਣੇ ਦੱਸ? ਤਿੰਨ ਜਣੇ ਅਸੀਂ। ਹੋਰ ਕੌਣ ਕੌਣ? ਹੋਰ ਸੀ ਇੱਕ ਮੇਰਾ ਆੜ ਸੀ ਵੀ ਸੀ, ਆੜ ਸੀ ਮੁੰਡਾ, ਮੈਂ ਕਿਹਾ ਬਚ ਗਿਆ ਤੂੰ, ਉਹਦੇ ਵੀ ਲੱਗੀਆਂ ਸੱਟਾਂ। ਕਿ ਤਲਵੰਡੀ ਦਾ ਹੀ ਸਾਡਾ ਰਿਸ਼ਤੇਦਾਰ, ਉਹਦੇ ਵੀ ਸੱਟਾਂ ਲੱਗੀਆਂ ਨੇ, ਉਹ ਵੀ ਰੌਲਾ ਪਾਵੇ, ਸਾਨੂੰ ਕੱਢ ਲਓ, ਸਾਨੂੰ ਕੱਢ। ਉਹ ਧਾਂਗ ਲੱਗੀ ਬੜੀ ਉੱਚੀ, ਉੱਤੋਂ ਬੋਰੀਆਂ ਸਾਡੇ ਉੱਤੇ 10 ਡਿੱਗੀਆਂ ਸੀ ਕਿਤੇ ਥੱਲੇ, ਚਾਹ ਪੀਂਦੇ ਸੀ ਪਏ ਉੱਥੇ ਸਾਨੂੰ ਇੱਥੇ। ਕਿਹਨੇ ਤੁਹਾਨੂੰ ਬਾਹਰ ਕੱਢਿਆ ਬੱਚੇ? ਸਾਨੂੰ ਲੇਬਰ ਦੇ ਉੱਤੋਂ, ਲੇਬਰ ਨੇ ਚੁੱਕ ਕੇ ਕੱਢਿਆ। ਅਚਾਨਕ ਡਿੱਗੀਆਂ? ਅਚਾਨਕ ਉੱਤੋਂ ਡਿੱਗੀਆਂ ਨੇ, ਅਚਾਨਕ ਹੀ ਉੱਤੋਂ, ਅਸੀਂ ਥੱਲੇ ਨਾਲ ਮੰਜੀ ਮੰਜੀ ਦੇ ਉੱਤੋਂ ਡਿੱਗੀਆਂ ਨੇ ਥੱਲੇ। ਰਜਿੰਦਰ ਸਿੰਘ ਨਾਮ ਦਾ 65 ਸਾਲ ਦਾ ਮਰੀਜ਼ ਆਇਆ, ਉੱਪਰ ਦਾਣਾ ਮੰਡੀ ਦੇ ਵਿੱਚ ਉਹਦੇ ਬੋਰੀਆਂ ਡਿੱਗ ਗਈਆਂ, ਲੱਤ ਤੇ ਉਹਦੇ ਸੱਟ ਲੱਗੀ ਆ, ਥੋੜ੍ਹੀ ਜਿਹੀ ਗਰਦਨ 'ਤੇ ਸੱਟ ਹੈਗੀ ਆ, ਇਲਾਜ ਅਧੀਨ ਹੈ। ਆਪਾਂ ਦੇਖਦੇ ਹਾਂ ਉਹਦਾ ਕੀ ਕਰ ਰਿਹਾ ਅੱਗੇ। ਲੱਤ ਦੇ ਵਿੱਚ ਲੱਗ ਰਿਹਾ ਕਿ ਹੱਡੀ ਟੁੱਟੀ ਆਈ ਹੈ, ਅਤੇ ਉਹਦਾ ਗਰਦਨ ਤਾਂ ਠੀਕ ਹੈ, ਉਹਦਾ ਵਾਈਟਲਸ ਉਹਦੇ ਸਟੇਬਲ ਹੈਗੇ ਨੇ, ਉਹਦਾ ਖਤਰੇ ਤੋਂ ਬਾਹਰ ਨੇ, ਬਟ ਹਾਂ ਅੱਗੇ ਇਲਾਜ ਦੀ ਲੋੜ ਪਏਗੀ।